ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਮੈਂ ਅੱਜ ਮੌਜੂਦ ਹਾਂ ਪਿੰਡ ਲਗਾਹ, ਤਹਿਸੀਲ ਮਕੇੜੀਆਂ, ਜ਼ਿਲ੍ਹਾ ਹੁਸ਼ਿਆਰਪੁਰ। ਪਹਿਲਾਂ ਇਹ ਤਹਿਸੀਲ ਦਸੂਹਾ ਵਿੱਚ ਆਉਂਦਾ ਸੀ। ਪੰਜ 47 ਤੋਂ ਪਹਿਲਾਂ 44 ਪਿੰਡ ਡੋਗਰ ਮੁਸਲਮਾਨਾਂ ਦੇ ਹੁੰਦੇ ਸਨ ਇਸ ਇਲਾਕੇ ਵਿੱਚ, ਜਿਨ੍ਹਾਂ ਵਿੱਚੋਂ ਇੱਕ ਪਿੰਡ ਸੀ ਲਗਾਹ। ਇਸ ਪਿੰਡ ਵਿੱਚ 1947 ਵੇਲੇ ਦਾ ਇੱਕ ਖੂਹ ਮੌਜੂਦ ਹੈ, ਜਿਹੜਾ ਕਿ ਡੋਗਰ ਮੁਸਲਮਾਨਾਂ ਦੁਆਰਾ ਲਗਾਇਆ ਗਿਆ ਸੀ। ਆਓ ਵਿਖਾਉਂਦੇ ਹਾਂ ਤੁਹਾਨੂੰ ਪ੍ਰਾਪਤਨ ਖੂਹ। 6-7 ਦਿਨ ਲਾ ਕੇ ਸਫਾਈ ਕੀਤੀ ਹੈ ਜੀ ਖੂਹ ਦੀ ਆਪਾਂ, ਆਹ ਦੋ ਬੰਦਿਆਂ ਨੇ, ਇੱਕ ਆਹ ਬੰਦਾ ਜੀ। ਅੱਛਾ ਜੀ, ਇਹ ਪੁਰਾਣਾ ਖੂਹ ਹੈ ਪਾਕਿਸਤਾਨ ਵੇਲੇ ਦਾ? ਸਾਡਾ ਪੁਰਾਣਾ ਕਲਚਰ ਹੈ ਜੀ, ਆਪਾਂ ਇੱਥੋਂ ਨਹਾਉਂਦੇ ਰਹੇ ਹਾਂ, ਪਾਣੀ ਵੀ ਸਾਰਾ ਪਿੰਡ ਇੱਥੋਂ ਹੀ ਪੀਂਦਾ ਸੀ, ਬਾਅਦ ਚ ਲੱਗੇ ਲੋਕਾਂ ਦੇ ਘਰਾਂ 'ਚ। ਅੱਛਾ ਜੀ, ਤੇ ਹੁਣ ਇਹ ਕਚਰਾ ਕੁਚਰਾ ਬੱਚਿਆਂ ਨੇ ਸੁੱਟਿਆ ਸੀ ਤੇ ਆਪਾਂ ਹੁਣ ਸਫਾਈ ਕੀਤੀ ਆ। ਦੇਖੋ, ਇੱਥੇ ਕੋਈ ਤਖਤੀ ਵੀ ਲੱਗੀ? ਤਖਤੀ ਉਹ ਵਿੱਚ ਉਰਦੂ ਦੇ ਵਿੱਚ ਲਿਖਿਆ, ਸਾਨੂੰ ਪਤਾ ਨਹੀਂ ਜੀ ਕਦੋਂ ਦੀ ਲੱਗੀ ਹੈ, ਕਿੰਨੀ ਸਨ ਹੈ, ਕੀ ਨਾਂ ਹੈ, ਕਿਹਨੇ ਉਦਘਾਟਨ ਕੀਤਾ, ਉਹ ਵੇਖੋ ਉਰਦੂ ਦੀ। ਇੱਧਰ ਆ ਕੇ ਮਾਰਿਓ ਜਰਾ ਕੈਮਰਾ 'ਚ, ਉਹ ਵੇਖੋ ਵਿੱਚ ਕਰੋ ਕੈਮਰਾ ਤੋਂ ਪਤਾ ਲੱਗ ਗਿਆ ਸੀ, ਇਹ ਚੀਜ਼ਾਂ ਸਾਂਭ ਕੇ ਰੱਖਦੇ ਹਾਂ ਵੀ ਯਾਰ ਨਿਸ਼ਾਨੀਆਂ ਕੋਈ ਇਹ ਵੀ ਆ ਰਿਹਾ ਸਾਹਿਬ ਵਿੱਚ। ਹਾਂ, ਇਹ ਆਹ ਚੀਜ਼ ਹੈ ਜਿਹੜੀ, ਇਹ ਉਰਦੂ ਦਾ ਬੰਦਾ ਕੋਈ ਪੜ੍ਹ ਲੇਗਾ ਇਹਨੂੰ। ਇਹ ਨਾਮ ਨਾਲ ਬੋਲੋ ਇੱਥੇ, ਆਹ ਦੇਖਿਓ ਜੀ ਇਹ ਕਿੰਨੀ, ਕਿਹੜੀ ਸੰਨ ਦੇ ਵਿੱਚ ਕਿਹਨੇ ਉਦਘਾਟਨ ਕੀਤਾ ਇਸ ਪਿੰਡ ਦੇ ਵਿੱਚ ਇਸ ਖੂਹ ਦਾ? ਲੰਗਾਹ ਪਿੰਡ ਹੈ ਜੀ, ਇਹ ਤਹਿਸੀਲ ਮਕੇੜੀਆਂ ਇਹਦੀ। ਇਹ ਉਰਦੂ ਹੈ ਜੀ, ਪੜ੍ਹਿਆ ਨਹੀਂ ਜਾ ਰਿਹਾ। ਹਾਂ, ਇੱਟਾਂ ਸਲੂਟ ਹੈ ਜੀ, ਵਿਰਾਸਤ ਪੁਰਾਣੀ ਬੱਚਾ ਨਾ ਡਿੱਗ ਜੇ ਤਾਂ ਰੱਖੀ ਹੈ। ਵੀਰ ਮੇਰਾ ਜਿਹੜਾ ਕੋਈ ਉਰਦੂ ਪੜ੍ਹਦਾ ਹੋਏਗਾ ਨਾ, ਉਹ ਯਾਰ ਕਮੈਂਟਾਂ ਵਿੱਚ ਸਾਨੂੰ ਦੱਸਿਓ ਇਹ ਕੀ ਲਿਖਿਆ ਹੋਇਆ ਖੂਹ ਦੇ ਵਿੱਚ, ਕਿੰਨੀ ਸੰਨ ਦਾ ਉਦਘਾਟਨ ਹੋਇਆ ਇਸ ਖੂਹ ਦਾ। ਤੇ ਇੱਕ ਵਾਰੀ ਫੇਰ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਜੀ। ਤੇ ਲਓ ਜੀ, ਮੈਂ ਤੁਹਾਨੂੰ ਫਿਰ ਨੇੜਿਓ ਜ਼ੂਮ ਕਰਕੇ ਵਿਖਾਉਂਦੇ ਆ। ਆਹ ਲਿਖਿਆ ਪਿਆ ਜੀ, ਆਹ ਦੇਖੋ ਜੀ, ਹੁਣ ਦੇਖੋ ਪੜ੍ਹੋ, ਉਰਦੂ ਸਾਡੇ ਕੋਈ ਪੜ੍ਹੇ ਹੀ ਨਹੀਂ। ਇਹ ਜਰਾ ਦੱਸੋ ਜੀ ਕਿੰਨੇ ਸਾਲ ਜਿਹੜਾ ਉਦਘਾਟਨ ਹੋਇਆ ਤੇ ਕਿਸ ਲਿਖਿਆ? ਇਹ ਪਿੰਡ ਲੰਘਾ ਆ ਜੀ, ਤਹਿਸੀਲ ਮਕੇੜੀਆਂ, ਡਾਕਖਾਨਾ ਉਮਰਪੁਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਪੈਂਦਾ ਲੰਘਾ ਜੀ। ਇਹ ਆ ਪਿੰਡ ਦੀ ਪੁਰਾਣੀ ਵਿਰਾਸਤ ਇੱਥੇ ਜਿਹੜੀ ਅਸੀਂ ਦੇਖੀ ਆ, ਸਾਰਾ ਪਿੰਡ ਇੱਥੇ ਹੀ ਪਾਣੀ ਪੀਂਦਾ ਰਿਹਾ ਤੇ ਨਹਾਉਂਦਾ ਵੀ ਰਿਹਾ ਇੱਥੇ, ਬਾਅਦ ਚ ਨਲਕੀ ਲੱਗਿਆ ਤੇ ਬਾਅਦ ਚ ਇਹਦੀ ਬਿਜਲੀ ਹੋ ਗਈ। ਤੁਸੀਂ ਵੇਖਿਆ ਆਪਣੀ ਸੰਭਾਲ ਚ ਨਹਾਉਂਦੇ ਰਹੇ ਇੱਥੇ ਪਾਣੀ, ਸਾਰੇ ਪਿੰਡ ਨੇ ਇੱਥੋਂ ਪੀਤਾ, ਬਾਅਦ ਚ ਨਲਕੇ ਲਵਾ ਲਏ ਲੋਕਾਂ ਨੇ, ਫਿਰ ਇਹ ਵੀ। ਅੱਛਾ, ਇਹ ਦੱਸੋ
ਜਿਹੜਾ ਪਿੰਡ ਹੈ ਇਹ ਡੋਗਰ ਮੁਸਲਮਾਨਾਂ ਦਾ ਸੀ, ਜਿਵੇਂ ਉਮਰਪੁਰ ਪੰਡੋਰੀ ਉਮਰਪੁਰ ਇਹ ਮਾਖਾ ਸਾਹਿਬ ਦਾ ਪਿੰਡ ਇਹ ਸਾਰੇ ਡੋਗਰ ਮੁਸਲਮਾਨ ਪਿੰਡ ਸਨ ਤੇ ਇਹ ਸਾਰੀ ਪੱਟੀ ਚਲ ਗਈ ਬਨਿਆਲ ਬਨਿਆਲ ਹੋ ਗਿਆ ਨਾ ਗੱਗ ਸੁਲਤਾਨਾ ਇਹ ਸਾਰੇ ਡੋਗਰਾਂ ਢੱਡਣਾ ਇਹ ਸਾਰੇ 44 ਪਿੰਡ ਡੋਗਰਾਂ ਦੇ ਸਨ ਡੋਗਰ ਮੁਸਲਮਾਨ ਮੁਸਲਮਾਨਾਂ ਦੇ ਇੱਥੇ ਸੀ ਬੋਰਡ ਜਿੱਥੇ ਅੱਜ ਕੱਲ੍ਹ ਛੋਟਾ ਜਿਹਾ ਦਰਗਾਹ ਬਣਾਤੀ ਸਾਰੀ ਖੁੱਲੀ ਹੁੰਦੀ ਸੀ ਸਾਡੇ ਘਰ ਉਮਰਪੁਰ ਲਗਾਹਾਂ ਇਕੱਠਾ ਹੀ ਹੈ ਉਮਰਪੁਰ ਲਗਾਹਾਂ ਲਾਗੇ ਲਾਗੇ ਪਿੰਡ ਇਸ ਕਰਕੇ ਠੀਕ ਹੈ ਅੱਜ ਪਤਾ ਲੱਗਾ ਕਿ ਡੋਗਰਾਂ ਦਾ ਪਿੰਡ ਸੀ ਇਹ ਵੀ ਹਾਂਜੀ ਡੋਗਰ ਮੁਸਲਮਾਨ ਸੀ ਇੱਥੇ ਕੋਈ ਪੁਰਾਣਾ ਬਜ਼ੁਰਗ ਹੈ ਜਿਹੜਾ ਦੱਸ ਸਕਦਾ ਹੈ ਬਾਕੀ ਡੋਗਰ ਮੁਸਲਮਾਨ ਸਿੰਘ ਜੀ ਆ ਜ਼ਿਆਦਾ ਉਮਰ ਦਾ ਸਾਡੇ ਪਿੰਡ 'ਚ ਉਹੀ ਦੱਸ ਸਕਦਾ ਜੀ ਕੈਪਟਨ ਗੰਦਰਵ ਸਿੰਘ ਠੀਕ ਹੈ ਇੱਕ ਬਾਬਾ ਉੱਥੇ ਬੈਠਾ ਹੈ ਉਹ ਉਹਨਾਂ ਦੇ ਘਰ ਪਜਾਵਾਂਗੇ ਇਹਨਾਂ ਨੂੰ ਉਹ ਜਿਹੜਾ ਬਾਬਾ ਬੈਠਾ ਸੀ ਉਹਦੇ ਦਿਮਾਗ ਦਾ ਅਪਸੈਟ ਹੈ ਠੀਕ ਉਹਨੂੰ ਨਾਲੇ ਉਹ 7 ਸਾਲ ਦਾ ਸੀ ਜਦੋਂ ਵੰਡ ਹੋਈ ਜਿਹੜਾ ਬੱਚਾ 7 ਸਾਲ ਦਾ ਉਹਨੇ ਕੀ ਦੱਸਣਾ ਉਹ ਜ਼ਿਆਦਾ ਉਮਰ ਦੇ ਸੀ ਉਹਦੇ 15-16 ਸਾਲ ਦੇ ਹੋਣਗੇ ਉਹ ਦੱਸਣਗੇ ਪੂਰਾ ਸਤਵੀਂ ਪੜਦਾ ਸੀ ਕਹਿੰਦਾ ਹਾਂ ਸਤਵੀਂ 'ਚ ਪੜਦਾ ਸੀ 10-11 ਸਾਲ ਦਾ ਨੌਲੇਜ ਹੈ ਮਲੰਗ ਸ਼ਾਹ ਦੀ ਉਹਦੀ ਬਣਾਈ ਅਸੀਂ ਵੀਡੀਓ ਉਹਦੀ ਬਣਾਈ ਬਾਕੀ ਇਹ ਕਿਸ ਪਾਸੇ ਛੱਪੜ ਛੱਪੜ ਤੋਂ ਉੱਤੇ ਦੋ ਛੱਪੜ ਇੱਕ ਉਧਰ ਇੱਕ ਇੱਧਰ ਅੱਛਾ ਹੁਣ ਨਹੀਂ ਹੈਗੇ ਇੱਧਰ ਵਾਲੇ ਛੱਪੜ ਦਾ ਨਾਂ ਸ਼ੀਤਲ ਵਾਲਾ ਛੱਪੜ ਪਾਈਦਾ ਪਤਾ ਨਹੀਂ ਕੋਈ ਮੁਸਲਮਾਨਾਂ ਦਾ ਕਹਿੰਦੇ ਬੱਚਾ ਬੱਚਾ ਡੁੱਬ ਕੇ ਮਰਿਆ ਸੀ ਸ਼ੀਤਲ ਨਾਂ ਦਾ ਉਹਦਾ ਨਾਂ ਹੈ ਸ਼ੀਤਲ ਵਾਲਾ ਛੱਪੜ ਅੱਛਾ ਅੱਛਾ ਉਹ ਸਿਵੇ ਦੇ ਕੋਲ ਛੱਪੜ ਬਣ ਚਲੋ ਠੀਕ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਠਾਕ ਹੈ ਉੱਚੀ ਬੋਲਣਾ ਜਰਾ ਹਾਂ ਠੀਕ ਆ ਠੀਕ ਆ ਅੱਛਾ ਤੁਹਾਡਾ ਨਾਂ ਕੀ ਹੈ ਜੀ ਗੁਰਦਿਆਲ ਗੁਰਦਿਆਲ ਤੇ ਤੁਹਾਡੇ ਬਾਪੂ ਜੀ ਦਾ ਮੁਨਸ਼ੀ ਰਾਮ ਦਾਦਾ ਜੀ ਦਾ ਦਾਦਾ ਜੀ ਨੀ ਚੇਤੇ ਹੈ ਅੱਛਾ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ ਨਯਾ ਇਹ ਲਗਾ ਹਾਂ ਇਹ ਵਜਦਾ ਇਕੱਠਾ ਉਮਰਪੁਰ ਲਗਾ ਹਾਂ ਨਾਲ ਉਮਰਪੁਰ ਹੈ ਉਮਰਪੁਰ ਉਮਰਪੁਰ ਲਗਾ ਉਮਰਪੁਰ ਮਾਖਾ
ਉਮਰਪੁਰ ਮਾਖਾ ਤੇ ਨਾਲ ਲਗਾ ਹਾਂ। ਛੋਟਾ ਜਿਹਾ ਪਿੰਡ ਹੈ, ਛੋਟਾ ਪਿੰਡ, ਠੀਕ ਹੈ। ਤੇ ਇਹਦੀ ਤਹਿਸੀਲ ਕਿਹੜੀ ਹੈ? ਦੱਸੋ। ਤੇ ਜ਼ਿਲ੍ਹਾ? ਹੁਸ਼ਿਆਰਪੁਰ। ਹੁਣ ਤਹਿਸੀਲ ਮੁਕੇਰੀਆਂ? ਹੁਣ ਮੁਕੇਰੀਆਂ। ਅੱਛਾ, ਜਿਹੜਾ ਪਿੰਡ ਹੈ ਲਗਾਹਾਂ, ਇਹਦੇ ਆਲੇ ਦੁਆਲੇ ਪਿੰਡ ਗਿਣਦੋ। ਹਾਂਜੀ ਹਾਂਜੀ, ਆਲੇ ਦੁਆਲੇ ਪਿੰਡ ਗਿਣਦੋ ਸਾਰੇ। ਮਾਖਾ, ਹਾਂਜੀ, ਲਗਾ, ਦੇਵੀ ਦਾਸ, ਸਾਹਿਬ ਦਾ ਪਿੰਡ। ਅੱਛਾ ਜੀ, ਠੀਕ ਹੈ। ਤੁਸੀਂ ਜੱਦੀ ਤੁਸੀਂ ਇੱਥੇ ਰਹਿਣ ਵਾਲੇ ਹੋ? ਹਾਂਜੀ। ਕਿਹੜੀ ਬਰਾਦਰੀ ਆਪਣੀ? ਆ ਧਰਮੀ। ਅੱਛਾ, ਆ ਧਰਮੀ। ਤੇ ਇਹ ਪਿੰਡ ਸਾਡਾ ਜਿਹੜਾ ਤੁਹਾਡਾ ਲਗਾ, ਇਹ ਮੁਸਲਮਾਨਾਂ ਦਾ ਪਿੰਡ ਸੀ? ਮੁਸਲਮਾਨ ਡੋਗਰ ਸਨ ਉਹ? ਅੱਛਾ, ਇਹ ਵੀ ਡੋਗਰਾਂ ਦਾ ਪਿੰਡ ਸੀ, ਜਿਵੇਂ ਮਾਖਾ ਸਾਹਿਬ ਦਾ ਪਿੰਡ, ਡੋਗਰਾਂ ਦਾ ਪਿੰਡ ਸਨ, ਤੇ ਇਹ ਵੀ ਡੋਗਰਾਂ ਦਾ ਸੀ। ਕਿਸੇ ਮੁਸਲਮਾਨ ਦਾ ਨਾਂ ਚੇਤੇ ਪੁਰਾਣੇ ਦਾ? ਨਹੀਂ। ਕਿੰਨੀ ਉਮਰ ਸੀ ਤੁਹਾਡੀ ਉਦੋਂ? ਧਰਮਪੁਰ ਕਿੱਥੇ ਕੋਇਆ? ਕਿਸੇ ਮੁਸਲਮਾਨ ਦਾ ਨਾਂ ਚੇਤੇ ਨੀ ਹੈ? ਲੰਬੜ ਦਾ ਨਾਂ? ਠੀਕ ਹੈ।